ਆਪਣੀ ਹੀ ਬੱਸ ਹੇਠਾਂ ਆਉਣ ਦੇ ਨਾਲ ਕੰਡਕਟਰ ਦੀ ਮੌਤ ਹੋਈ ਹੈ। ਜੀ ਹਾਂ, ਦੱਸ ਦਈਏ ਕਿ ਕੰਡਕਟਰ ਦੇ ਵੱਲੋਂ ਡਰਾਈਵਰ ਦੀ ਮਦਦ ਕਰਵਾਈ ਜਾ ਰਹੀ ਸੀ। ਭੀੜ ਦੇ ਵਿੱਚ ਡਰਾਈਵਰ ਦੇ ਵੱਲੋਂ ਗੱਡੀ ਨੂੰ ਬੈਕ ਕੀਤਾ ਜਾ ਰਿਹਾ ਸੀ ਤੇ ਮਦਦ ਕੰਡਕਟਰ ਕਰਵਾ ਰਿਹਾ ਸੀ, ਲੇਕਿਨ ਇਸੇ ਦੇ ਦੌਰਾਨ ਜਦੋਂ ਬੱਸ ਪਿੱਛਾ ਕੀਤੀ ਤਾਂ ਉਸੇ ਦੇ ਹੇਠ ਕੰਡਕਟਰ ਜਿਹੜਾ ਆ ਜਾਂਦਾ ਹੈ, ਜਿਸ ਤੋਂ ਬਾਅਦ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ। ਦੱਸ ਦਈਏ ਕਿ ਮੰਦਭਾਗੀ ਖਬਰ ਇਹ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਮ੍ਰਿਤਕ ਜੋ ਹੈ ਆਪਣੇ ਪਿੱਛੇ 2 ਸਾਲ ਦੀ ਧੀ ਅਤੇ ਆਪਣੀ ਪਤਨੀ ਨੂੰ ਛੱਡ ਗਿਆ। ਸੋ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਜੋ ਡਰਾਈਵਰ ਸੀ ਉਸਦੇ ਉੱਤੇ ਅਣਗਹਿਲੀ ਦਾ ਪਰਚਾ ਜਿਹੜਾ ਦਰਜ ਕੀਤਾ ਗਿਆ। ਸੋ ਕੰਡਕਟਰ ਦੇ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਸੀ। ਦੱਸ ਦਈਏ ਕਿ ਖੰਨਾ ਰੋਡ ਦੇ ਉੱਤੇ ਪਿੰਡ ਉਟਾਲਾ ਪੈਂਦਾ ਹੈ, ਜਿੱਥੇ ਨੇੜੇ ਇਹ ਹਾਦਸਾ ਭਿਆਨਕ ਵਾਪਰਿਆ। ਬੱਸ ਦੇ ਹੇਠ ਆ ਕੇ ਇੱਕ ਕੰਡਕਟਰ ਦੇ ਵੱਲੋਂ ਦਮ ਤੋੜ ਦਿੱਤਾ ਗਿਆ। ਇਹ ਹਾਦਸਾ ਉਸ ਵਕਤ ਵਾਪਰਦਾ ਹੈ, ਬੱਸ ਦਾ ਕੰਡਕਟਰ ਬੱਸ ਨੂੰ ਪਿੱਛਾ ਕਰਵਾ ਰਿਹਾ ਸੀ। ਜਾਣਕਾਰੀ ਦੇ ਅਨੁਸਾਰ ਪਤਾ ਲੱਗਿਆ ਕਿ ਉਸ ਸਮੇਂ ਵਾਪਰਿਆ ਜਦੋਂ ਇਹ ਹਾਦਸਾ ਕਿ ਇੱਕ ਪ੍ਰਾਈਵੇਟ ਬੱਸ ਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ। ਪਿੰਡ ਉਟਾਲਾ ਦੇ ਨੇੜੇ ਸੜਕ ਦੇ ਉੱਤੇ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਬੈਕ ਕਰਵਾਉਣ ਦੇ ਲਈ ਕੰਡਕਟਰ ਉਤਰਦਾ ਹੈ ਰਣਜੀਤ ਸਿੰਘ, ਜਿਸ ਨੂੰ ਬੱਸ ਆਪਣੀ ਲਪੇਟ ਦੇ ਵਿੱਚ ਲੈ ਲੈਂਦੀ ਹੈ, ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਬੱਸ ਦੇ ਡਰਾਈਵਰ ਦੇ ਖਿਲਾਫ ਅਣਗਹਿਲੀ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ। ਮ੍ਰਿਤਕ ਜੋ ਆਪਣੇ ਪਿੱਛੇ 2 ਸਾਲ ਦੀ ਧੀ ਆਪਣੀ ਪਤਨੀ ਨੂੰ ਛੱਡ ਕੇ ਉਸਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੀ ਲਾਸ਼ ਘਰ ਦੇ ਵਿੱਚ ਜਿਹੜਾ ਰੱਖ ਦਿੱਤਾ ਗਿਆ। ਸੋ ਅਣਗਹਿਲੀ ਜਿਹੜੀ ਹੈ ਡਰਾਈਵਰ ਦੇ ਵੱਲੋਂ ਇਹ ਕੀਤੀ ਗਈ, ਉਸੇ ਦੇ ਉੱਤੇ ਪਰਚਾ ਜਿਹੜਾ ਮੁਕੱਦਮਾ ਇਹ ਦਰਜ ਕੀਤਾ ਗਿਆ, ਕਿਉਂਕਿ ਉਸਦੇ ਵੱਲੋਂ ਗੱਡੀ ਬੈਕ ਕੀਤੀ ਜਾ ਰਹੀ ਸੀ ਅਤੇ ਇਸੇ ਦੇ ਦੌਰਾਨ ਕੰਡਕਟਰ ਬੱਸ ਦੇ ਹੇਠਾਂ ਹੀ ਆ ਜਾਂਦਾ, ਆਪਣੀ ਡਿਊਟੀ ਨਿਭਾ ਰਿਹਾ ਸੀ। ਅਸੀਂ ਕਈ ਵਾਰ ਦੇਖਦੇ ਹਾਂ ਕਿ ਜਦੋਂ ਬੱਸ ਨੂੰ ਬੈਕ ਕਰਵਾਉਣਾ ਹੁੰਦਾ ਤਾਂ ਕੰਡਕਟਰ ਪਹਿਲਾਂ ਬੱਸ ਤੋਂ ਹੇਠਾਂ ਉਤਰਦਾ ਅਤੇ ਡਰਾਈਵਰ ਦੀ ਉਸਦੇ ਵੱਲੋਂ ਮਦਦ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਮ੍ਰਿਤਕ ਜੋ ਕੰਡਕਟਰ ਹੈ ਉਹ ਡਰਾਈਵਰ ਦੀ ਮਦਦ ਕਰ ਰਿਹਾ ਸੀ ਅਤੇ ਇਸੇ ਦੇ ਦੌਰਾਨ ਜੋ ਹੈ ਉਹ ਬੱਸ ਦੇ ਹੇਠਾਂ ਆ ਜਾਂਦਾ। ਸੋ ਇਸ ਮੌਕੇ 'ਤੇ ਮ੍ਰਿਤਕ ਦੇ ਭਰਾ ਦੇ ਵੱਲੋਂ ਅਤੇ ਹੋਰ ਡਾਕਟਰ ਅਤੇ ਪੁਲਿਸ ਦੇ ਵੱਲੋਂ ਕੀ ਕੁਛ ਕਿਹਾ ਗਿਆ ਤੁਸੀਂ ਖੁਦ ਸੁਣੋ। ਜੀ ਸਰ, ਡਰਾਈਵਰ ਸਰਜੀਤ ਸਿੰਘ ਬੱਸ ਨੰਬਰ PV10DK3571 ਦੇ ਨਾਲ ਸਾਨੂੰ ਹਰਪ੍ਰੀਤ ਸਿੰਘ ਸੋਨੀ ਜਿਹੜਾ ਕਨੈਕਟਰ ਸੀਗਾ ਇਹ ਬੱਸ ਪਿੱਛੇ ਕਰਾ ਰਿਹਾ ਸੀਗਾ। ਹਰਜੀਤ ਸਿੰਘ ਸਾਨੂੰ ਹੱਕ ਸਿੰਘ ਬਾਸੀ NHD PS ਵੱਲੋਂ ਜਿਹੜਾ ਫਤਿਹਗੜ੍ਹ ਇਹ ਫੇਟ ਲੱਗਣਾ ਕਦੇ ਮੂੰਹ ਭਾਂਡੇ ਪਿਆ, ਮੌਕੇ 'ਤੇ ਮੌਤ ਹੋ ਗਈ। ਇਹਦੀ ਕਾਰਵਾਈ ਅਮਰ ਚਲਾਉਂਦੀ ਜਾ ਰਹੀ ਹੈ। ਕਿੰਨੇ ਕੁ ਸਾਲ ਦਾ ਜੀ ਇਹ? 40 ਸਾਲ ਦੀ ਉਮਰ ਹੈ ਜੀ ਇਹਦੀ। ਇਹ ਬੱਸ ਨੂੰ ਪਿੱਛੇ ਕਰਨ ਲੱਗਿਆ? ਹਾਂਜੀ, ਬੱਸ ਬੈਕ ਕਰਾ ਰਿਹਾ ਕਿਉਂਕਿ ਜਾਮ ਲੱਗਿਆ ਜੀ। ਮੌਕੇ ਬਸ ਚਲਾ ਗਿਆ। ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ, ਪਿੰਡ ਦਨਘੇੜੀ ਹੈ ਜੀ। ਮੇਰਾ ਛੋਟਾ ਬ੍ਰਦਰ ਸੀਗਾ ਜੀ, ਬੱਸ ਕਨੈਕਟਰ ਸੀਗਾ ਅਤੇ
40 ਕੁ ਸਾਲ ਦੀ ਉਮਰ ਸੀਗੀ ਜੀ। ਕੀ ਘਟਨਾ ਵਾਪਰੀ ਹੈ ਜੀ? ਘਟਨਾ ਵਾਪਰੀ ਹੈ, ਜਾਮ ਲੱਗਿਆ ਸੀਗਾ, ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਹਾ ਸੀਗਾ, ਡਰਾਈਵਰ ਨੇ ਪਿੱਛੇ ਬੈਕ ਫੇਟ ਲੱਗਣ ਕਾਰਨ ਉਹਦੀ ਡੈਥ ਹੋ ਗਈ। ਕੀ ਉਹ ਵਿਆਹ ਹੋਇਆ ਸੀ? ਹਾਂਜੀ, ਮੈਰਿਜ ਸੀਗਾ। ਕਿੰਨਾ ਚਿਰ ਹੋਇਆ ਵਿਆਹ? 3 ਕੁ ਸਾਲ ਹੋਏ। 2 ਸਾਲ ਦੀ ਬੱਚੇ ਹੈ? ਇੱਕ ਬੱਚਾ ਜੀ, 2 ਸਾਲ ਦੀ ਗੁੱਡੀ ਹੈ ਜੀ। ਤੇ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ? ਹਾਂਜੀ, ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ। ਕਿਹੜੀ? ਸ਼ਮਸ਼ੇਰ ਸਿੰਘ ਜੀ, ਮੇਰਾ ਛੋਟਾ ਬ੍ਰਦਰ ਜੀ। ਕੀ ਨਾਮ ਸੀ ਉਹਨਾਂ ਦੀ, ਉਮਰ ਕਿੰਨੀ ਕੁ ਸੀ? ਰਣਜੀਤ ਸਿੰਘ ਨਾਂ ਹੈ ਜੀ, 35 ਸਾਲ ਉਮਰ ਸੀ ਜੀ। ਕੀ ਕੰਮ ਕਰਦੇ ਸੀ ਜੀ? ਕਨੈਕਟਰੀ ਕਰਦੇ। ਕਿੱਥੋਂ ਕਿੱਥੇ ਜਾ ਰਹੇ ਸੀ? ਕੀ ਘਟਨਾ ਵਾਪਰੀ ਹੈ ਜੀ? ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ, ਰਾਹ 'ਚ ਜਾਮ ਲੱਗ ਗਿਆ ਜੀ, ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ, ਡਰਾਈਵਰ ਦੀ ਅਣਗਹਿਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ, ਕਨੈਕਟਰ ਦੀ ਉੱਥੇ ਮੌਕੇ 'ਤੇ ਮੌਤ ਹੋ ਗਈ। ਗੱਡੀ ਉੱਪਰ ਚੜ੍ਹ ਗਈ? ਹਾਂਜੀ, ਗੱਡੀ ਬੈਕ ਕਰਦੇ ਤੋਂ ਉੱਪਰ ਚੜ੍ਹ ਗਈ। ਕਾਰਵਾਈ ਕੀਤੀ ਜੀ? ਹਾਂਜੀ, ਕਾਰਵਾਈ ਕੀਤੀ ਜੀ, ਅਤੇ ਪੁਲਿਸ ਰਿਪੋਰਟ ਹੋ ਗਈ। ਡਾਕਟਰ ਗੁਰਦੀਪ ਸਿੰਘ, ਇੱਕ ਐਕਸੀਡੈਂਟ ਆਇਆ, ਉਹਦਾ ਨਾਮ ਰਣਜੀਤ ਸਿੰਘ ਹੈ, ਅਤੇ ਉਹ ਟ੍ਰੈਕਟਰ ਸੀਗਾ, ਅਤੇ ਮੇਰੇ ਕੋਲ ਬਰੋਡ ਡੈਡ ਆਇਆ, ਐਕਸੀਡੈਂਟ ਕਰਕੇ ਦਿੱਤਾ। ਮੈਂ ਜਦੋਂ ਸੀ ਪੀ ਆਰ ਕਰ ਰਿਹਾ ਸੀਗਾ, ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਹੈ, ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕਨਫਰਮਡ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈਗਾ। ਕਿੰਨੇ ਕੁ ਵਜੇ ਦੀ ਘਟਨਾ ਹੈਗੀ ਸਰ? ਇਹ ਕੁਛ ਤਕਰੀਬਨ 11:30 ਵਜੇ। ਇਹਦਾ ਨਾਮ ਰਣਜੀਤ ਸਿੰਘ ਹੈ, 40 ਸਾਲ ਦੀ ਉਮਰ ਹੈ, ਫਤਿਹਗੜ੍ਹ ਸਾਹਿਬ ਪਿੰਡ ਦੇ, ਮਤਲਬ ਫਤਿਹਗੜ੍ਹ ਸਾਹਿਬ।